ਤੁਸੀਂ ਜੁੜੇ ਹੋ ਪੰਜਾਬ ਪ੍ਰਥਮ ਦੇ ਨਾਲ ਮੈਂ ਤੁਹਾਡੇ ਨਾਲ ਮਨਪ੍ਰੀਤ ਔਲਖ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਸਰਾ ਦਿਨ ਸੀ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸੀ ਜਿਹੜੇ ਆ ਉਹ ਤਲਖੀ ਭਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਕਿਉਂਕਿ ਵਿਧਾਨ ਸਭਾ ਦੇ ਅੰਦਰ ਹੰਗਾਮਾ ਹੋਇਆ ਕਾਂਗਰਸੀਆਂ ਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੁੱਖ ਮੰਤਰੀ ਸਾਹਿਬ ਉੱਤੇ ਇਲਜ਼ਾਮ ਸੀ ਕਿ ਸਾਡੀ ਗੱਲ ਤਾਂ ਸੁਣਦੇ ਹੀ ਨਹੀਂ ਅਸੀਂ ਜਿਹੜਾ ਮੁੱਦਾ ਚੁੱਕਣਾ ਹੈ ਉਸਨੂੰ ਤਾਂ ਗੋਲਦੇ ਹੀ ਨਹੀਂ ਨਾ ਸਾਨੂੰ ਮੁੱਦਾ ਚੁੱਕਣ ਦਾ ਮੌਕਾ ਦਿੱਤਾ ਜਾਂਦਾ ਹੈ ਨਾ ਕੈਮਰਿਆਂ ਦੇ ਉੱਤੇ ਸਾਨੂੰ ਦਿਖਾਇਆ ਜਾਂਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਲਗਾਏ ਗਏ ਸਰਬਜੀਤ ਕੌਰ ਮਾਣੂਕੇ ਦੇ ਵੱਲੋਂ ਜੋ ਕੋਠੀ ਦੇ ਉੱਤੇ ਕਬਜ਼ਾ ਕੀਤਾ ਗਿਆ ਇਦਾਂ ਦੇ ਇਲਜ਼ਾਮ ਲੱਗੇ ਸੁਖਪਾਲ ਸਿੰਘ ਖਹਿਰਾ ਹੋਰਾਂ ਮੁੱਦਾ ਚੁੱਕਿਆ ਇਸ ਮੁੱਦੇ ਦੇ ਉੱਤੇ ਅੱਜ ਡਿਬੇਟ ਹੋਣੀ ਸੀ 700 ਵਿਦਿਆਰਥੀ ਜਿਹੜੇ ਕੈਨੇਡਾ ਦੇ ਵਿੱਚ ਫਸੇ ਹੋਏ ਨੇ ਉਸ ਨੂੰ ਡਿਪੋਰਟ ਕਰਨ ਦੀ ਗੱਲ ਚੱਲ ਰਹੀ ਹੈ ਇਸ ਮੁੱਦੇ ਦੇ ਉੱਤੇ ਅੱਜ ਕਾਂਗਰਸੀਆਂ ਨੇ ਬਹਿਸ ਕਰਨੀ ਸੀ ਸਵਾਲ ਜਵਾਬ ਹੋਣੇ ਸੀ ਪਰ ਕਾਂਗਰਸੀ ਕਹਿੰਦੇ ਨਾ ਭਾਈ ਇਹੋ ਜਿਹਾ ਤਾਂ ਸਾਨੂੰ ਮੌਕਾ ਹੀ ਨਹੀਂ ਦਿੱਤਾ ਇਸ ਕਰਕੇ ਅਸੀਂ ਤਾਂ ਵਾਕਆਊਟ ਕਰਕੇ ਬਾਹਰ ਆ ਗਏ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਪੂਰੇ ਮਾਮਲੇ ਦੇ ਉੱਤੇ ਆਪਦੇ ਵਿਚਾਰ ਰੱਖੇ ਨੇ ਅਤੇ ਹੋਰ ਕਈ ਇਲਜ਼ਾਮ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਨੇ ਉਹ ਸਿੱਧਾ ਲੈ ਚੱਲਦੇ ਹਾਂ ਤੁਹਾਨੂੰ ਵਿਧਾਨ ਸਭਾ ਦੀਆਂ ਉਹਨਾਂ ਤਸਵੀਰਾਂ ਦੇ ਵੱਲ ਲਗਾਤਾਰ ਅਸੀਂ ਵੇਖ ਰਹੇ ਹਾਂ ਜਿਹੜਾ ਮਸਲਾ ਅੱਜ ਵੀ ਅਸੀਂ ਉਠਾਇਆ ਕਿ ਪਹਿਲੇ ਸਪੈਸ਼ਲ ਸੈਸ਼ਨ ਸੱਦਿਆ ਇਹਨਾਂ ਨੇ ਪਿਛਲੇ ਸਾਲ ਸਪਟੈਂਬਰ ਦੇ ਵਿੱਚ ਉਹਦੇ ਵਿੱਚ ਬੜਾ ਰਾਮ ਰੌਲਾ ਪਾਇਆ 5-6 ਦਿਨ ਦਾ ਸੈਸ਼ਨ ਬੁਲਾਇਆ ਹਰ ਰੋਜ਼ ਦਾ ਮੈਂ ਪੰਜਾਬ ਦੇ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ 1 ਕਰੋੜ ਰੁਪਏ ਦਾ ਖਰਚਾ ਹੈ TAV ਮਿਲਦੇ ਨੇ DAV ਮਿਲਦੇ ਨੇ ਸਾਰਾ ਖਰਚਾ 1 ਕਰੋੜ ਰੁਪਏ ਉਹਦਾ ਨਾਂ ਰੱਖਿਆ ਆਪਰੇਸ਼ਨ ਲੋਟਸ ਚਾਰਜਸ ਸਨ ਆਪਦੀ ਸਰਕਾਰ ਦੇ ਅਤੇ ਵਿਸ਼ੇਸ਼ ਤੌਰ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਭਾਜਪਾ ਦੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਦਿੱਲੀ ਵਾਲੀ ਸਾਡੇ MLAਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ 25 ਤੋਂ ਲੈ ਕੇ 50 ਕਰੋੜ ਤੱਕ ਆਫਰ ਕੀਤਾ ਗਿਆ ਇਹਨਾਂ ਦੇ ਚੰਦ MLAs ਨੂੰ ਲੇਕ ਦੇ ਉੱਤੇ BJP ਦੇ ਰਿਪ੍ਰੈਜੈਂਟੇਟਿਵਸ ਮਿਲੇ ਉਸ ਤੋਂ ਬਾਅਦ 8-9 MLA ਨੇ ਆਪਦਿਆਂ ਨੇ ਵਿਜੀਲੈਂਸ ਦਫ਼ਤਰ ਜਾ ਕੇ ਆਪਣੇ ਬਿਆਨ ਦਿੱਤੇ ਹਰਪਾਲ ਚੀਮਾ ਪਲੱਸ 4-5 ਮਿਨਿਸਟਰਸ ਇਹਨਾਂ ਨੇ ਜਾ ਕੇ DG ਆ ਜਿਹੜੇ ਆਪਣੇ ਨੇ ਪੰਜਾਬ ਪੁਲਿਸ ਦੇ ਉਹਨਾਂ ਕੋਲ ਬਿਆਨ ਲਿਖਵਾਏ ਇੱਕ FIR ਲੌਂਚ ਕੀਤੀ 9 ਮਹੀਨੇ ਹੋ ਗਏ ਸਾਰਿਆਂ ਨੂੰ ਪਹਿਲੇ ਅੱਜ ਅਸੀਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸਪੀਕਰ ਸਾਹਿਬ ਨੂੰ ਮੰਗ ਕੀਤੀ ਕਿ ਸਪੀਕਰ ਸਾਹਿਬ ਤਕਰੀਬਨ 6 ਕਰੋੜ ਰੁਪਈਆ ਖਰਚਾ ਹੋਇਆ 3.5 ਘੰਟੇ ਬਹਿਸ ਚੱਲੀ 2 ਵਾਰ ਮੁੱਖ ਮੰਤਰੀ ਸਾਹਿਬ ਬੋਲੇ 17 ਸਾਡੇ ਮੌਜੂਦਾ ਆਨਰੇਬਲ ਮੈਂਬਰਸ ਫਲੋਰ ਆਫ ਦੀ ਹਾਊਸ ਤੇ ਬੋਲੇ ਸਾਡੇ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰੋ ਸਾਰਾ ਸਮੁੱਚਾ ਪੰਜਾਬ ਮੰਗਦਾ ਜਿਹੜਾ ਟੈਕਸ ਪੇਅਰ ਹੈ ਉਹਦੀ ਮੰਗ ਹੈ ਕਿ ਦੱਸੋ ਕਿਹੜੇ ਭਾਜਪਾ ਦੇ ਲੀਡਰ ਨੇ ਤੁਹਾਡੇ ਕਿਹੜੇ MLA ਨੂੰ ਕਿੰਨੇ ਪੈਸੇ ਦਿੱਤੇ ਕੀ ਲਏ ਨਹੀਂ ਲੈ ਗਏ ਅਤੇ ਉਸ FIR ਦੀ ਪੋਜੀਸ਼ਨ ਕੀ ਹੈ ਅੱਜ ਤੁਸੀਂ ਵੇਖੋ ਜਵਾਬ ਦੇਣ ਨੂੰ ਤਿਆਰ ਨਹੀਂ ਸਪੀਕਰ ਸਾਹਿਬ ਦਾ ਕਹਿਣਾ ਸੀ ਇਹ ਕਚਹਿਰੀ ਦੱਸੇਗੀ ਅਸੀਂ ਕਿਹਾ ਕਚਹਿਰੀ ਤਾਂ ਦੱਸੇਗੀ ਜੇ ਉਹ ਤੁਹਾਡਾ ਕੋਈ ਚਲਾਨ ਪੁੱਟਾ ਹੋਇਆ ਹੈਗਾ ਜੇ FIR ਦੇ ਕੰਟੈਂਟ ਕਿਸੇ ਨੂੰ ਪਤਾ ਹੋਣਗੇ ਓਪੋਜੀਸ਼ਨ ਨੂੰ ਅਜੇ ਤੱਕ ਜਾਂ ਕਿਸੇ ਪ੍ਰੈਸ ਵਾਲੇ ਨੂੰ ਪੰਜਾਬ ਇਹ ਨਹੀਂ ਪਤਾ ਉਹ FIR ਕਿਹਦੇ ਵੱਲੋਂ ਹੈ ਅਤੇ ਕਿਹਦੇ ਖਿਲਾਫ ਸਾਡਾ ਕਹਿਣ ਦਾ ਮਤਲਬ ਹੈ ਕਿ ਵਿਧਾਨ ਸਭਾ ਨੂੰ ਬਕਾਇਦਾ ਤੌਰ ਇਹ ਆਪ ਦੀ ਸਰਕਾਰ ਨੇ ਇੱਕ ਡਿਬੇਟਿੰਗ ਹਾਊਸ ਰੱਖ ਲਿਆ ਕੇਜਰੀਵਾਲ ਸਾਹਿਬ ਵਾਸ ਕੋਈ ਦਿੱਲੀ ਦੀ ਸਰਕਾਰ ਨੇ ਕੋਈ ਗੱਲ ਕੇਜਰੀਵਾਲ ਨੇ ਕਹਿਣੀ ਹੋਏ ਤਾਂ ਇਹਨੂੰ ਡਿਬੇਟਿੰਗ ਹਾਊਸ ਬਣਾ ਲਿਆ ਅੱਜ ਵੀ ਜਿਹੜਾ ਸਪੈਸ਼ਲ ਸੈਸ਼ਨ ਫੇਰ ਬੁਲਾ ਲਿਆ ਹੁਣ ਵੇਖੋ ਕਿੱਡੀ ਬਦਕਿਸਮਤੀ ਦੀ ਗੱਲ ਹੈ ਅੱਜ ਸਵੇਰੇ ਏਜੰਡਾ ਦਾ ਸਾਰੇ ਪ੍ਰੈਸ ਦੇ ਭਰਾ ਵੀ ਜਾਣਦੇ ਨੇ ਕਿਸੇ ਕੋਈ ਏਜੰਡਾ ਨਹੀਂ ਤਕਰੀਬਨ 10:15 ਸਾਡੇ ਦਫ਼ਤਰਾਂ ਦੇ ਵਿੱਚ ਏਜੰਡਾ ਆਇਆ ਉਹਦੇ ਵਿੱਚ ਬਹੁਤ ਇੰਪੋਰਟੈਂਟ ਇਸ਼ੂਜ਼ ਨੇ ਜਿਸ ਤਰ੍ਹਾਂ ਸਿੱਖ ਗੁਰਦੁਆਰਾ ਐਕਟ ਜਿਹੜਾ ਉਹਦੇ ਵਿੱਚ ਤਰਮੀਮ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ 125A ਦੇ ਵਿੱਚ ਇੱਕ ਨਵੀਂ ਤਰਮੀਮ ਲੈ ਕੇ ਆ ਰਹੇ ਨੇ ਇਹਦੇ ਵਿੱਚ ਕੁਝ ਗਵਰਨਰ ਸਾਹਿਬ ਨਾਲ ਤੁਲਕ ਰੱਖਦੇ ਵਾਈਸ ਚਾਂਸਲਰਸ ਦੇ ਫੈਸਲੇ ਨੇ ਕੁਝ ਹਿੰਦੁਸਤਾਨ ਦੇ ਸੁਪਰੀਮ ਕੋਰਟ ਦੇ ਬਕਾਇਦਾ ਤੌਰ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਇਹ ਬੰਦੇ DGP ਦੀ ਇੱਥੇ ਰੱਖਣ ਦਾ ਕੋਈ ਇੱਕ ਇਹੋ ਜਿਹੀ ਕੋਈ ਸਾਜਿਸ਼ ਰਚ ਰਹੇ ਨੇ ਕਿ ਮੌਜੂਦਾ DGP ਜਿਹੜਾ ਪੰਜਾਬ ਦਾ ਜਿਹੜਾ ਜੂਨੀਅਰ ਮੋਸਟ ਹੈ ਜਿਹੜਾ ਰੱਖਿਆ ਨਹੀਂ ਜਾ ਸਕਦਾ 6 ਮਹੀਨਿਆਂ ਤੋਂ ਬਾਅਦ 1 ਸਾਲ ਜਦੋਂ ਟੈਨਿਊਰ ਹੋ ਚੁੱਕਿਆ ਬਾਈਪਾਸ ਕਰਕੇ ਕੌਂਸਟੀਟਿਊਸ਼ਨ ਨੂੰ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਇੱਥੇ ਉਹਦੀ ਕੰਟੀਨਿਊਸ਼ਨ ਹੋ ਸਕਦੀ ਹੋਏ ਤੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ
कोई क्वेश्चन सारे इंपोर्टेंट विधानसभा चुनाव सवाल जवाब उन्होंने असं कही एम एल ए सवाल करते हैं अपने एरिए की तरक्की वालों मिनिस्टर जवाब देना होंगे कोई सवाल नहीं कोई जवाब नहीं क्योंकि 15 दिन सवाल पाने वास्ते चाहिए होंगे ने उस तो बाद कोई जीरो आवर नहीं हम जिस तरह असी मसला चुकना सी जेड़ा एन आर आई के घर से कब्जा होया जगराओं के एन आई एन आर आई की कोख विचों पैदा हुई पार्टी जी उन्होंने अज सारे पहले एन आर आई के घर से ही कब्जा कर लिया धोखाधड़ी की जा रही है उस तो बाद इमीग्रेशन का एड्डा वड्डा फ्रॉड है जिहड़ा असीं अज इत्थे मुद्दा चुकना चाहते 700 साडा बच्चा कैनेडा च बैठा तो जिहड़ा कल्लण वाला है उहदा नाम है ब्रजेश मिश्रा नाँ का एक ट्रैवल एजेंट है जलंधर का जिन्हों बहुत वड्डे पैमाने पर मौजूदा सरकार का एक ब्यूरोक्रेट जिहड़ा एक अफसर जिहड़ा उहनूं शील्ड कर रहा मैं इत्थे सवाल करना चाहता सी कुलदीप सिंह धालीवाल जी नूं एन आर आई मिनिस्टर साहब नूं मिनिस्टर साहब तुसी इमीग्रेशन मिनिस्टर कैनेडा नूं तां रोज अपील करदे हो कि बच्चों नूं कैनेडा तो बाहर ना कलो जिस आदमी ने 140 करोड़ का फ्रॉड 20 लाख रुपया फी बच्चे को लिया गया उस आदमी नूं इत्थे गिरफ्तार क्यों नहीं किया गया एन आर आई के मुद्दे लालचंद कटारू चक के मुद्दे करप्शन के मुद्दे वड्डे पैमाने ते इलीगल माइनिंग के मुद्दे वड्डे पैमाने ते ड्रग्स का मुद्दा वड्डे पैमाने ते रोज इत्थे बैंक डकैतियां हो रही ने बैंक डकैतियां दे विच वी इन्हां दे बंदियां दी इनवॉल्वमेंट ये सारे बंदे मुद्दियां ते असीं गल करनी मैं इहदे वास्ते क्योंकि असीं अज बाहर आ गए हाँ एक बहुत इंपोर्टेंट मुद्दा है जिहदे बारे जिहदे वास्ते असीं अपनी गल रखना चाहते हैं जिहड़ा गुरद्वारा एक्ट है उहदे दे विच जिहड़ी तरमीम लैके आ रहे मैं सारे प्रेस के भरावां नूं दसना चाहना पिछली कांग्रेस सरकार दे विच 2019 नवंबर दे विच तृप्त रजिंदर सिंह जी बाजवा जिहड़े उदों हायर एजुकेशन के मिनिस्टर सी मेरे नाल सजे हथ खड़े ने वह एक मता लैके आए उहदे विच बकायदा तौर गवर्नमेंट ऑफ पंजाब ने SCPC यह मंग की सी कि एक टीवी चैनल नहीं सारे टीवी चैनल जेडे गुरुआ की बाणी नू लोकां तक लैके जाना चाहते ने सारे नू मौका दिता अज भी असी इस फोरम तो ऑन जिहड़ी साड़ी बहुत ही एक ऑगस्ट हाउस है विधानसभा दे उहदे विचों अज भी भगवंत मान नू मैं कहना चाहना भगवंत मान जी तुसी इहदे विच कोई तरमीम नहीं कर सकते इंटर स्टेट मसला 1942 दे विच तुहाडे नाल बहुत बहुत काबिल लोग पहले होए ने साहब बलदेव सिंह सरदार सिकंदर हयात खां उन्हां दा पहले उस टाइम भी एक एग्रीमेंट हुई 1959 दे विच पंडित जवाहर लाल नहरू दे मास्टर तारा सिंह जी च भी एग्रीमेंट हुई उहदे विच मुख एग्रीमेंट यह सी कि कोई भी तरमीम करनी होएगी तो गुरद्वारा प्रबंधक कमेटी नूं कॉन्फिडेंस लैके वह मता उन्होंने कहा जाए वह गवर्नमेंट ऑफ इंडिया को कले तो फिर तरमीम हो सकती क्योंकि 1966 तो बाद जदों का पंजाब रीओरगनाइज होया अज भी गुरद्वारा प्रबंधक कमेटी तरमीम क्यों नहीं है कर सकते क्योंकि साढ़े विच हिमाचल का सूबा तो चंडीगढ़ की यूनियन टेरेटरी के एक SCPC के मैंबर भी इनवॉल्व ने एक कला पंजाब नाल तुलक नहीं रखता सो यहोजे काम ना कर भगवंत मान जी काम वो करो जेदे विच पंजाब दा पला हो सके अज की हाल है साडे नौजवान बच्चों का अज लॉ एंड ऑर्डर की सिचुएशन है मैं अज भगवंत मान जी नूं बेनती करना चाहना भगवंत जी मैं समझना चंगा हुंदा जे कोई मता लैके आंदे इमीग्रेशन जेडे फ्रॉड हो रहे उन्हां दे खिलाफ जे तुसी मता लैके आंदे जिथे पंजाब दे सेंटर वालों हक मारे जांदे ने असी तुहाडी मदद करन नूं तैयार सी बट तुसी किसे नाल मदद लैके राजी नहीं कदी तुसी गवर्नर का पेचा पाता हुण तुसी SCPC ना पेचा पाता ओपोजिशन नूं तुसी दो वक्ता कदी टाइम को इज्जत मान जिहड़ी मर्यादा है इको क्योंकि तुहाडे कोल ब्रूट मजोरिटी आ गई तुसी समझदे हो कि ब्रूट मजोरिटी दे नाल मैं तुहानू ही अपने प्रेस दे भरावां नूं पुछना चाहुंदा असी कोई रोबोट ते है नहीं या असी कोई कंप्यूटर है नहीं 10:30 बजे एजेंडा आंदा है इन्ने इंपोर्टेंट मुद्दियां ते इमीजिएटली मैनूं दसो कोई बटन नप के ते उहदे सवालां दे जवाब नहीं बाहर आ जाने सो बकायदा तौर टू शो दी ओपोजिशन इन बैड लाइट सो दैट ओपोजिशन प्रिपेयर ना हो सके पंजाब दे लोकां दे मुद्दे सामने ना लैके आ सकीए
ਇਹ ਸ਼ਾਰਟ ਟਾਈਮ ਦਿੱਤਾ ਗਿਆ ਸੋ ਅਸੀਂ ਇਹਦਾ ਬਾਈਕਾਟ ਕੀਤਾ ਬਕਾਇਦਾ ਤੌਰ ਵਾਕਆਊਟ ਵੀ ਕੀਤਾ ਬਾਈਕਾਟ ਵੀ ਕੀਤਾ ਕਿਉਂਕਿ ਅਸੀਂ ਸਮਝਨੇ ਇਹ ਵੀ ਇੱਕ ਡਰਾਮਾ ਜਿਸ ਤਰ੍ਹਾਂ ਆਪਰੇਸ਼ਨ ਲੋਟਸ ਵਾਲਾ ਸੀ ਟਾਈਮ ਵੀ ਖਰਾਬ ਕੀਤਾ ਨਿਕਲਣਾ ਪਾਣਾ ਇਹਦੇ 'ਚੋਂ ਕੁਝ ਵੀ ਨਹੀਂ ਅੱਜ ਕਿਉਂਕਿ ਯੋਗਾ ਡੇ ਦੇ ਉੱਤੇ ਕੇਜਰੀਵਾਲ ਸਾਹਿਬ ਯੋਗਾ ਕਰਨ ਵਾਸਤੇ ਜਲੰਧਰ ਆਏ ਸੀ ਤੇ ਇਹਨਾਂ ਕੋ ਵੀ ਸੂਰਜ ਨਮਸਕਾਰ ਕਰਾਇਆ ਹੋਣਾ ਭਗਵੰਤ ਜੀ ਕੋ ਤੇ ਉਹਨਾਂ ਨੂੰ ਮੇਰਾ ਖਿਆਲ ਇੱਥੇ ਵੀ ਸ਼ਾਇਦ ਪਤਾ ਲੱਗਾ ਸ਼ਾਇਦ ਆਉਣ ਵਾਲੇ ਨੇ ਸੋ ਨਿਹਰਾ ਉਹਨਾਂ ਦੀ ਇੱਕ ਆਮਦ ਦੇ ਵਿੱਚ ਇੱਕ ਪ੍ਰੋਗਰਾਮ ਰਚ ਦਿੱਤਾ ਗਿਆ ਕਿ ਆਓ ਜੀ ਜਿਸ ਤਰ੍ਹਾਂ ਰੋਮਨ ਐਂਪਰਰਸ ਪੁਰਾਣੇ ਵਕਤ 'ਤੇ ਕਰਦੇ ਹੁੰਦੇ ਸੀ ਕਿ ਆਓ ਤੁਹਾਡੇ ਵਾਸਤੇ ਇੱਕ ਦਿਨ ਦਾ ਉੱਥੇ ਪ੍ਰੋਗਰਾਮ ਕਰਦੇ ਨੇ ਇਹਦੇ ਵਿੱਚ ਕੋਈ ਪੰਜਾਬ ਦਾ ਨਾ ਕੋਈ ਮੁੱਦਾ ਡਿਸਕਸ ਹੋ ਰਿਹਾ ਆਮ ਸਧਾਰਨ ਲੋਕਾਂ ਦਾ ਨਾ ਕਿਸਾਨਾਂ ਦਾ ਮੁੱਦਾ ਡਿਸਕਸ ਹੋ ਰਿਹਾ ਸੋ ਇਸ ਗੱਲ ਕਾਰਨ ਅਸੀਂ ਵਾਕਆਊਟ ਵੀ ਕੀਤਾ ਅਤੇ ਬਾਈਕਆਊਟ ਵੀ ਕੀਤਾ ਅਤੇ ਸੰਧਵਾ ਸਾਹਿਬ ਵਿਸ਼ੇਸ਼ ਤੌਰ ਅਸੀਂ ਅਪੀਲ ਕਰਾਂਗੇ ਸੰਧਵਾ ਸਾਹਿਬ ਤੁਹਾਡੇ ਤੋਂ ਸਾਰਿਆਂ ਨੂੰ ਆਸ ਉਮੀਦ ਸੀ ਬਟ ਤੁਸੀਂ ਬਿਲਕੁਲ ਇਹ ਖਾਤਾ ਹੱਥ ਟੋਕਾ ਬਣ ਕੇ ਰਹਿ ਗਏ ਜਿਹੜਾ ਇੱਕ ਸਪੀਕਰ ਦਾ ਬਿਹਤਰੀਨ ਰੋਲ ਹੁੰਦਾ ਇੱਕ ਰੋਲ ਮਾਡਲ ਹੁੰਦਾ ਹੀ ਹੈਜ਼ ਟੂ ਐਕਟ ਐਜ਼ ਅ ਰੈਫਰੀ ਔਰ ਐਮਪਾਇਰ ਆਫ ਦੀ ਹਾਊਸ ਤੁਸੀਂ ਕੰਪਲੀਟਲੀ ਆਪਣੇ ਇਸ ਰੋਲ ਦੇ ਵਿੱਚ ਫੇਲ ਹੋਏ ਹੋ ਤੋ ਸਾਨੂੰ ਇਸ 'ਤੇ ਬੜੀ ਡਿਜੈਕਸ਼ਨ ਹੋਈ ਹੈ ਮਯੂਸੀ ਹੋਈ ਹੈ ਕਿ ਇੱਕ ਨੁਮਾਇਆ ਰੋਲ ਜਿਹੜੀ ਓਪੋਜੀਸ਼ਨ ਕਰਨਾ ਚਾਹੁੰਦੀ ਸੀ ਪੰਜਾਬੀਆਂ ਦੇ ਹੱਕ 'ਚ ਤੁਸੀਂ ਸਾਨੂੰ ਨਾ ਪਲੇਟਫਾਰਮ ਦਿੱਤਾ ਨਾ ਮੌਕਾ ਦਿੱਤਾ ਥੈਂਕ ਯੂ ਹਾਂ ਹਾਂ 100% ਓਪਰੇਸ਼ਨ ਲੋਟਸ ਕੋ ਲੈ ਕੇ ਹੀ ਹਮਨੇ ਬਾਤ ਰੱਖੀ ਕਿ ਉਸਕੀ ਐਕਸ਼ਨ ਟੇਕਨ ਰਿਪੋਰਟ ਰੱਖੀ ਹੈ ਔਰ ਇਹ ਬਾਤ ਉਹਨਾਂ ਨੇ ਕਹੀ ਹੈ ਕਚਹਿਰੀ ਮੇ ਰੱਖੀ ਜਾਏਗੀ ਕਚਹਿਰੀ ਦੇ ਵਿੱਚ ਤਾਂ ਅਜੇ ਕੰਮ ਹੀ ਕੋਈ ਨਹੀਂ ਹੋਇਆ ਕੋਈ FIR ਕੱਟੀ ਕੋਈ ਕੱਟੀ ਨਹੀਂ ਗਈ ਕੰਟੈਂਟ ਕਿਸੇ ਨੂੰ ਪਤਾ ਨਹੀਂ ਕਚਹਿਰੀ ਵਿੱਚ ਐਲਾਨ ਪੁੱਟਅਪ ਨਹੀਂ ਹੋਇਆ ਤੋ ਇਹ ਕਹਿਣ ਦਾ ਮਤਲਬ ਸੀ ਇਹ ਵੀ ਟੋਟਲ ਅੱਜ ਵੀ ਇਹ ਫਾਰਸ ਇਹ ਵਿਧਾਨ ਸਭਾ ਕੰਪਲੀਟਲੀ ਇਹਨਾਂ ਦਾ ਜਿਸ ਤਰ੍ਹਾਂ ਪ੍ਰੋਜੈਕਸ਼ਨ ਹੁੰਦੀ ਇੱਕ ਦਾ ਪ੍ਰੋਗਰਾਮ ਕਰਨਾ ਨਿਬੇੜ ਦੇਣਾ ਫਿਰ ਤੀਜੇ ਕੁ ਮਹੀਨੇ ਹੋਰ ਕੋਈ ਕੰਮ ਕਰ ਲੈਣਾ ਕੱਢਣ ਪਾਉਣ ਨੂੰ ਕੁਝ ਨਹੀਂ ਨਾ ਪੰਜਾਬ ਦੀ ਬਿਹਤਰੀ ਇਹਦੇ ਵਿੱਚ ਨਾ ਲੋਕਾਂ ਦੀ ਬਿਹਤਰੀ ਇਹਦੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ